ਅਲਾਮਾ ਇਕਬਾਲ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਸੀ ਕਿ ਫਿਰ ਉਠੀ ਇੱਕ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖੁਆਬ ਸੇ ਮਰਦ ਕਾਮਿਲ ਚਲੇ ਆਏ 10 ਜਾਮਿਆਂ ਤੱਕ ਚਲੇ ਆਏ ਬਹੁਤ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਨਸਾਨ ਇੱਕ ਐਸੀ ਸ਼ੈ ਹੈ ਕਿ ਪਟਕਣਾ ਸ਼ਾਇਦ ਉਸ ਦੇ ਸੁਭਾਅ ਚ ਸ਼ਾਮਿਲ ਹੈ ਸਾਬਰ ਅਲੀ ਸਾਬਰ ਇੱਕ ਬਹੁਤ ਸਮਰਥ ਕਲਮ ਹੈ ਲੈਂਦੇ ਪੰਜਾਬ ਦੀ ਉਸਨੇ ਲਿਖਿਆ ਕਿ ਜਿਹੜੇ ਦਿਨ ਦੇ ਰਾਹ ਬਦਲੇ ਨੇ ਕਿਉਂਕਿ ਲੋਕ ਰਾਹ ਬਦਲ ਜਾਂਦੇ ਨੇ ਜਿਹੜੇ ਦਿਨ ਦੇ ਰਾਹ ਬਦਲੇ ਨੇ ਸੱਜਣ ਅੰਨੇ ਵਾ ਬਦਲੇ ਨੇ ਜਦ ਵੀ ਆਲੀ ਜਾ ਬਦਲੇ ਨੇ ਗਲ ਨਹੀਂ ਬਦਲੇ ਫਾ ਬਦਲੇ ਨੇ ਲੱਖਾਂ ਵਰਿਆਂ ਤੋਂ ਇਹ ਰੀਤੇ ਹੋ ਕੇ ਲੋਕ ਤਬਾ ਬਦਲੇ ਨੇ ਸੋ ਇਨਸਾਨ ਬਾਰ-ਬਾਰ ਤਬਾਹੀ ਦੇ ਰਸਤੇ ਤੇ ਚੱਲਦਾ ਹੈ ਬਹੁਤ سارے ਮਰਦੇ ਕਾਮੇ ਲਾਉਂਦੇ ਨੇ ਬਹੁਤ سارے ਲੋਕ ਆਉਂਦੇ ਨੇ ਰਾਹ ਪਾਉਣ ਨੂੰ ਲੇਕਿਨ ਕੋਈ ਰਾਹ ਪੈਣ ਨੂੰ ਤਿਆਰ ਨਹੀਂ ਹੁੰਦਾ ਅਗਲੇ ਸੱਦਾ ਜੋ ਮੈਂ ਦੇਣ ਜਾ ਰਹੇ ਹਾਂ ਕ੍ਰਿਸ਼ਨ ਪਨੋਟ ਸਾਬ ਮੇਰੇ ਜ਼ਿਹਨ 'ਚ ਆ ਰਹੇ ਨੇ ਇੱਕ ਬਹੁਤ ਸਮਰਥ ਸ਼ਾਇਰ ਔਰ ਜਿਹੜੇ ਇੱਕ ਕਾਫੀ ਅਰਦੀਫ ਦੇ ਬਹੁਤ ਪੱਕੇ ਔਰ ਮੀਟਰ ਦੇ ਬਹੁਤ ਹੀ ਜ਼ਿਆਦਾ ਮਰ ਉਹ ਗੱਲ ਨਹੀਂ ਹੈ ਜਿਵੇਂ ਕਹਿੰਦੇ ਸੀ ਕਿ ਉਹ ਕਹਿੰਦਾ ਕਿ ਜਾਟਰੇ ਜਾਟ ਤੇਰੇ ਸਿਰ 'ਤੇ ਖਾਟ ਕਹਿੰਦਾ ਤੇਲੀ ਦੇ ਤੇਲੀ ਤੇਰੇ ਸਿਰ पे ਕੋਹਲੂ ਉਹ ਕਹਿੰਦਾ ਯਾਰ ਕਾਫੀ ਆ ਨਹੀਂ ਰਲਿਆ ਕਹਿੰਦਾ ਰਲੇ ਨਾ ਰਲੇ ਭਾਰ ਨਾਲ ਤਾਂ ਮਰੇਗਾ ਲੇਕਿਨ ਕ੍ਰਿਸ਼ਨ ਪ੍ਰੋਟ ਸਾਹਿਬ ਕਾਫੀ ਇਹ ਦੇ ਮੇਰੇ ਖਿਆਲ ਜੇ ਮੈਂ ਕਹਾ ਕਿ ਮੁਹਾਰਤ ਰੱਖਣ ਵਾਲਾ ਜੇ ਕੋਈ ਸ਼ਾਇਰ ਹੈ ਉਹਨਾਂ ਦੇ ਵਿੱਚੋਂ ਇੱਕ ਇਹਨਾਂ ਦਾ ਨਾਮ ਹੈ ਮੈਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਨਾ ਸੋ ਮੈਂ ਬਹੁਤ ਆਦਬ ਨਾਲ ਬੇਨਤੀ ਕਰ ਰਿਹਾ ਕ੍ਰਿਸ਼ਨ ਪ੍ਰੋਟ ਸਾਹਿਬ ਨੂੰ ਕਿ ਆਪ ਦੇ ਰੂਬਰੂ ਹੋਣ ਜੀ ਪ੍ਰੋਟ ਸਾਹਿਬ ਜੀ ਸੁਹੱਪਣ ਨਾਲ ਜਲਮਨ ਕੀਲ ਹੋਵੇ ਉਸੇ ਪਲ ਖੁੱਲਦੀ ਰੰਗਾਂ ਦੀ ਗਾਗਰ ਸੁਹੱਪਣ ਨਾਲ ਜਲਮਨ ਕੀਲ ਹੋਵੇ ਉਸੇ ਪਲ ਖੁੱਲਦੀ ਰੰਗਾਂ ਦੀ ਗਾਗਰ ਉਸੇ ਪਲ ਮਨ ਇਹ ਸਰਜਨਸ਼ੀਲ ਹੋਵੇ ਉਸੇ ਪਲ ਹੀ ਹੁਨਰ ਹੁੰਦਾ ਹੈ ਉਹ ਗਾਗਰ ਸੁਹੱਪਣ ਨਾਲ ਜਲਮਨ ਕੀਲ ਹੋਵੇ ਉਸੇ ਪਲ ਖੁੱਲਦੀ ਰੰਗਾਂ ਦੀ ਗਾਗਰ ਉਸੇ ਪਲ ਮਨ ਇਹ ਸਿਰਜਣਸ਼ੀਲ ਹੋਵੇ ਉਸੇ ਪਲ ਹੀ ਹੁਨਰ ਹੁੰਦਾ ਹੈ ਉਜਾਗਰ ਮਰਾ ਪਲ ਪਲ ਮੈਂ ਪਲ ਪਲ ਜਨਮ ਲੈਣਾ ਮਰਾ ਪਲ ਪਲ ਮੈਂ ਪਲ ਪਲ ਜਨਮ ਲੈਣਾ ਹਰ ਇੱਕ ਪਲ ਹੀ ਨਵੀਂ ਮੈਂ ਜੂਨ ਪਹਿਣਾ ਮਰਾ ਪਲ ਪਲ ਮੈਂ ਪਲ ਪਲ ਜਨਮ ਲੈਣਾ ਹਰ ਇੱਕ ਪਲ ਹੀ ਨਵੀਂ ਮੈਂ ਜੂਨ ਪਹਿਣਾ ਮੇਰੀ ਖਾਤਰ ਜੇ ਇੱਕ ਦਰ ਬੰਦ ਹੁੰਦਾ ਹੈ ਹਜ਼ਾਰਾਂ ਖੁੱਲ ਜਾਂਦੇ ਨੇ ਨਵੇਂ ਦਰ ਮਰਾ ਪਲ-ਪਲ ਮੈਂ ਪਲ-ਪਲ ਜਨਮ ਲੈਣਾ ਹਰ ਇੱਕ ਪਲ ਹੀ ਨਮੀ ਮੈਂ ਜੂਨ ਪਹਿਣਾ ਮੇਰੀ ਖਾਤਰ ਜੇ ਇੱਕ ਦਰ ਬੰਦ ਹੁੰਦਾ ਹੈ ਹਜ਼ਾਰਾਂ ਖੁੱਲ ਜਾਂਦੇ ਨੇ ਨਵੇਂ ਦਰ ਨਾ ਹੁੰਦੀ ਪੀੜ ਬਰਦਾਸ਼ਤ ਜਦੋਂ ਵੀ ਨਾ ਹੁੰਦੀ ਪੀੜ ਬਰਦਾਸ਼ਤ ਜਦੋਂ ਵੀ ਨਾ ਮਿਲਦੀ ਰਾਹਤ ਦਰਦ ਤੋਂ ਰਾਹਤ ਜਦੋਂ ਵੀ ਨਾ ਹੁੰਦੀ ਪੀੜ ਬਰਦਾਸ਼ਤ ਜਦੋਂ ਵੀ ਨਾ ਮਿਲਦੀ ਦਰਦ ਤੋਂ ਰਾਹਤ ਜਦੋਂ ਵੀ ਉਦੋਂ ਬੌੜੇ ਸ਼ਬਦਾਂ ਦਾ ਮਸੀਹਾ ਦੇ ਜਾਬੇ ਕਲਮ ਨੂੰ ਲਿਖਣ ਦਾ ਬਰ ਨਾ ਹੁੰਦੀ ਪੀੜ ਬਰਦਾਸ਼ਤ ਜਦੋਂ ਵੀ ਨਾ ਮਿਲਦੀ ਦਰਦ ਤੋਂ ਰਾਹਤ ਜਦੋਂ ਵੀ ਉਹਦੇ ਪਰ ਉਹੋਂ ਬੋੜੇ ਇਹ ਸ਼ਬਦਾਂ ਦਾ ਮਸੀਹਾ ਕਿ ਦੇ ਜਾਬੇ ਕਲਮ ਨੂੰ ਲਿਖਣ ਦਾ ਬਰ ਅਵੇ ਪਲਪਲ ਹੀ ਭਾਵੇਂ ਜ਼ਹਿਰ ਪੀਣਾ ਅਵੇ ਪਲਪਲ ਹੀ ਭਾਵੇਂ ਜ਼ਹਿਰ ਪੀਣਾ ਮੈਂ ਹਰ ਇੱਕ ਹਾਲ ਵਿੱਚ 14 ਜੀਣਾ ਪਵੇ ਪਲ-ਪਲ ਹੀ ਭਾਵੇਂ ਜ਼ਹਿਰ ਪੀਣਾ ਮਹਾਰ ਇੱਕ ਹਾਲ ਵਿੱਚ ਚਾਹੁੰਦਾ ਹਾਂ ਜੀਣਾ ਮੇਰੀ ਖਾਤਰ ਤਾਂ ਰਣ ਭੂਮੀ ਆ ਜੀਵਨ ਮੇਰੀ ਖਾਤਰ ਤਾਂ ਰਣ ਭੂਮੀ ਆ ਜੀਵਨ ਤੇ ਰਣ ਭੂਮੀ ਚ ਕਾਦਾ ਮੌਤ ਦਾ ਡਰ ਮੇਰੀ ਖਾਤਰ ਤਾਂ ਪਵੇ ਪਲ-ਪਲ ਹੀ ਭਾਵੇਂ ਜ਼ਹਿਰ ਪੀਣਾ ਮਹਾਰ ਇੱਕ ਹਾਲ ਵਿੱਚ ਚਾਹੁੰਦਾ ਹਾਂ ਜੀਣਾ ਮੇਰੀ ਖਾਤਰ ਤਾਂ ਰਣ ਭੂਮੀ ਆ ਜੀਵਨ ਤੇ ਰਣ ਭੂਮੀ ਚ ਕਾਦਾ ਮੌਤ ਦਾ ਡਰ ਜਦੋਂ ਸਾਹਾਂ ਦੇ ਵਿੱਚ ਮਹਿਕੇ ਕਸੂਰੀ ਜਦੋਂ ਸਾਹਾਂ ਦੇ ਵਿੱਚ ਮਹਿਕੇ ਕਸੂਰੀ ਉਦੋਂ ਸੁਪਨੇ ਵੀ ਹੋ ਜਾਂਦੇ ਸੰਦੂਰੀ ਜਦੋਂ ਸਾਹਾਂ ਦੇ ਵਿੱਚ ਮਹਿਕੇ ਕਸੂਰੀ ਉਦੋਂ ਸੁਪਨੇ ਵੀ ਹੋ ਜਾਂਦੇ ਸੰਦੂਰੀ ਕਦੋਂ ਰਹਦੀ ਭਲਾਈ ਉਹ ਮਹਿਕ ਢੱਕੀ ਸੁਪਨ ਖੁਦ-ਬਖਦ ਹੋ ਜਾਂਦਾ ਜਾਹਰ ਸੁਪਨ ਖੁਦ-ਬਖਦ ਹੁੰਦਾ ਹੈ ਹਾਜ਼ਰ ਇਹ ਮੇਰਾ ਅਹਮਕਤਾ ਇਸ ਗਜ਼ਲ ਦਾ ਇਹ ਮੇਰਾ ਬਿੰਨਿਆ ਅੰਤਕਾਰਨ ਹੈ ਇਹ ਮੇਰੇ ਦਰਦਜ਼ਾ ਰੂਪੰਤਰਨ ਹੈ ਇਹ ਮੇਰਾ ਬਿੰਨਿਆ ਅੰਤਕਾਰਨ ਹੈ ਇਹ ਮੇਰੇ ਦਰਦਜ਼ਾ ਰੂਪੰਤਰਨ ਹੈ ਇਹ ਮੇਰੀ ਸ਼ਾਇਰੀ ਨਾ ਕ੍ਰਿਸ਼ਨ ਆਖੋ ਇਹ ਚਾਰਾ ਹੈ ਮੇਰਾ ਤਾਂ ਜੀਣ ਖਾਤਰ ਇਹ ਮੇਰੀ ਸ਼ਾਇਰੀ ਨਾ ਕ੍ਰਿਸ਼ਨ ਆਖੋ ਕਿ ਇਹ ਮੇਰਾ ਚਾਰਾ ਤਾਂ ਹੈ ਬਸ ਜੀਣ ਖਾਤਰ ਇੱਕ ਗ਼ਜ਼ਲ ਦੇ ਚਾਰ ਸ਼ੇਰ ਬਸ ਜਦੋਂ ਹੁੰਦਾ ਹੈ ਮਨ ਆਹਤ ਤੇ ਲੱਗਦੀ ਮਰਨ ਹਰ ਚਾਹਤ ਜਦੋਂ ਹੁੰਦਾ ਹੈ ਮਨ ਆਹਾਤ ਤੇ ਲੱਗਦੀ ਮਰਨ ਹਰ ਚਾਹਤ ਕਿਥੋਂ ਮਿਲਦੀ ਨਹੀਂ ਰਾਹਤ ਮੈਂ ਸ਼ਬਦਾਂ ਦੀ ਸ਼ਰਣ ਆਵਾਂ ਮੈਂ ਪੁਸਤਕ ਦੀ ਸ਼ਰਣਾ ਆਵਾਂ ਕਿਤਾਬਾਂ ਦੀ ਸ਼ਰਣੀ ਆਵਾਂ ਜਦੋਂ ਹੁੰਦਾ ਹੈ ਮਨ ਆਹਾਤ ਤੇ ਲੱਗਦੀ ਮਰਨ ਹਰ ਚਾਹਤ ਕਿਥੋਂ ਮਿਲਦੀ ਨਹੀਂ ਰਾਹਤ ਮੈਂ ਸ਼ਬਦਾਂ ਦੀ ਸ਼ਰਣ ਆਵਾਂ ਨਜ਼ਰੀਆ ਹੀ ਜੋ ਬਦਲ ਆਵੇ ਕ੍ਰਿਸ਼ਮਾ ਸਾਜ ਹੋ ਜਾਵੇ ਨਜ਼ਰੀਆ ਹੀ ਜੋ ਬਦਲਾਵੇ ਕ੍ਰਿਸ਼ਮਾ ਸਾਜ ਹੋ ਜਾਵੇ ਜਦੋਂ ਵੀ ਕਟਣ ਕਟਨਾਮਾ ਬਟਣ ਚਿੰਤਨ ਚ ਚਿੰਤਾਮਾ ਨਜ਼ਰੀ ਹੀ ਨਜ਼ਰੀਆ ਹੀ ਜੋ ਬਦਲਾਵੇ ਕ੍ਰਿਸ਼ਮਾ ਸਾਜ ਹੋ ਜਾਵੇ ਜਦੋਂ ਵੀ ਕਟਣ ਕਟਨਾਮਾ ਬਟਣ ਚਿੰਤਨ ਚ ਚਿੰਤਾਮਾ ਨਾ ਕੋਈ ਸ਼ਗਰ ਸੂਰਤ ਹੈ ਇਹ ਸੂਖਮ ਹੈ ਅਮੂਰਤ ਹੈ ਨਾ ਕੋਈ ਸ਼ਕਲ ਸੂਰਤ ਹੈ ਇਹ ਸੂਖਮ ਹੈ ਅਮੂਰਤ ਹੈ ਕਿ ਇਹ ਅਹਿਸਾਸ ਮੈਂ ਸ਼ਬਦਾਂ ਦੀ ਜੁਨੀ ਵਿੱਚ ਪਾ ਜਾਵਾਂ ਕਿ ਇਹ ਅਹਿਸਾਸ ਮੈਂ ਸ਼ਬਦਾਂ ਦੀ ਜੁਨੀ ਵਿੱਚ ਪਾ ਜਾਵਾਂ ਮਕਤਾ ਕਰੀ ਮੈਂ ਖੁਦ ਗੁਮਨਾਮ ਹਾਂ ਬੇ ਮੈਂ ਖੁਦ ਗੁਮਨਾਮ ਹਾਂ ਬੇਨਾਮ ਹਾਂ ਪੈਗਾਮ ਹਾਂ ਕੇਵਲ ਮੈਂ ਖੁਦ ਗੁਮਨਾਮ ਹਾਂ ਬੇਨਾਮ ਹਾਂ ਪੈਗਾਮ ਹੈ ਕੇਵਲ ਗਜ਼ਲ ਪਹਿਚਾਨ ਹੈ ਮੇਰੀ ਗਜ਼ਲ ਮੇਰਾ ਹੈ ਗਜ਼ਲ ਪਹਿਚਾਨ ਹੈ ਮੇਰੀ ਇਹ ਮੇਰਾ ਹੈ ਗਜ਼ਲ ਮੇਰਾ ਹੈ ਸਰਨਾਮਾ ਗਜ਼ਲ ਪਹਿਚਾਨ ਹੈ ਮੇਰੀ ਗਜ਼ਲ ਮੇਰਾ ਹੈ ਸਰਨਾਮਾ ਸ਼ੁਕਰੀਆ ਜਨਾਬ